ਬੇਸਿਕਲੀ ਜਿਹੜਾ ਇਹ ਪ੍ਰੋਗਰਾਮ ਗਣੇਸ਼ਮਾ ਉਤਸਵ ਪੂਰੇ ਮੋਹਾਲੀ ਸ਼ਹਿਰ ਦੇ ਵਿੱਚ ਵੱਖ ਵੱਖ ਜਿੰਨੇ ਵੀ ਸ਼ਹਿਰ ਦੇ ਮੰਦਰ, ਸਨਾਤਨ ਧਰਮ ਕਮੇਟੀਆਂ, ਕੀਰਤਨ ਮੰਡਲੀਆਂ ਔਰ ਸਾਰੇ ਹੀ ਸਭਾਵਾਂ ਨੂੰ ਨਾਲ ਲੈ ਕੇ ਅਸੀਂ ਪ੍ਰੋਗਰਾਮ ਨੂੰ ਆਫਿਸ ਮਾਰਕੀਟ ਕਰਨ ਆ ਰਹੇ ਹਾਂ ਕਰਦੇ ਹਾਂ। ਇਸ ਵਾਰ ਵੀ ਪ੍ਰੋਗਰਾਮ COVID-19 ਦੀ ਗਾਈਡਲਾਈਨ ਨੂੰ ਦੇਖਦੇ ਹੋਏ ਥੋੜ੍ਹਾ ਅਸੀਂ ਜਿਹੜਾ ਪ੍ਰੋਗਰਾਮ ਨੂੰ ਸ਼ੋਰਟ ਲਿਸਟ ਕੀਤਾ ਕਿ ਜਿਹੜੀ ਅਸੀਂ 9 ਤਰੀਕ ਨੂੰ ਮੂਰਤੀ ਬੈਂਡ ਬਾਜਿਆਂ ਦੇ ਨਾਲ 11 ਫੀਸ ਮੰਦਰ ਤੋਂ ਲੈ ਕੇ ਆਉਣੀ ਸੀ ਕਿਉਂਕਿ ਕਰਾਊਡ ਬਹੁਤ ਹੁੰਦਾ ਸੀ। ਇਸ ਕਰਕੇ ਜਿਹੜੀ ਮੂਰਤੀ ਹੈਗੀ ਹੈ ਜੀ, ਅਸੀਂ 9 ਤਰੀਕ ਸ਼ਾਮ ਨੂੰ ਭਗਵਾਨ ਗਣਪਤੀ ਜੀ ਦੀ ਜਿਹੜੀ ਪ੍ਰਤਿਮਾ ਹੈਗੀ ਹੈ ਉਹ ਮੰਦਰ ਦੇ ਵਿੱਚ ਡਾਇਰੈਕਟਲੀ ਲੈ ਕੇ ਆਵਾਂਗੇ ਕਿਉਂਕਿ ਇਸ ਵਾਰ ਪੰਡਾਲ ਅਸੀਂ ਨਹੀਂ ਲਾ ਰਹੇ ਮਾਰਕੀਟ ਦੇ ਵਿੱਚ, ਅਸੀਂ ਡਾਇਰੈਕਟ ਮੰਦਰ ਦੇ ਪ੍ਰਾਂਗਣ 'ਚ ਪਿਛਲੇ ਸਾਲ ਦੀ ਤਰ੍ਹਾਂ ਜਿਹੜੀ ਹੈਗੀ ਹੈ ਉਹ ਮੂਰਤੀ ਦੀ ਸਥਾਪਨਾ ਕਰਾਂਗੇ। 10 ਤਰੀਕ ਨੂੰ ਸਵੇਰੇ ਵਿਧੀ ਵਿਧਾਨ ਦੇ ਨਾਲ ਜੋ ਵੀ ਸਾਡੇ ਵਿਧੀ ਵਿਧਾਨ ਹੈਗੇ ਉਹਨਾਂ ਨਾਲ ਪੂਜਾ ਅਰਚਨਾ ਕਰਾਂਗੇ। ਸ਼ਾਮ ਦੀ ਵੀ ਆਰਤੀ ਹੋਏਗੀ 7 ਵਜੇ। 11 ਤਰੀਕ ਜਿਹੜੀ ਹੈਗੀ ਹੈ ਜੀ ਸ਼ਨੀਵਾਰ ਸਵੇਰੇ ਜਿਹੜੀ ਹੈਗੀ ਹੈ ਉਹੀ ਆਰਤੀ ਦਾ ਟਾਈਮ 7 ਵਜੇ ਰਹੇਗਾ, ਸ਼ਾਮ ਦੀ ਆਰਤੀ ਸ਼ਨੀਵਾਰ ਨੂੰ ਵੀ 7 ਵਜੇ ਹੋਏਗੀ। ਉਸ ਤੋਂ ਇਲਾਵਾ ਜਿਹੜੇ ਹੈਗੇ ਜੀ ਕਾਫੀ ਬੜੇ ਬੜੇ ਸਿੰਗਰ, ਕਿਉਂਕਿ ਅਸੀਂ ਜਿਹੜੇ ਇਸ ਪ੍ਰੋਗਰਾਮ ਵਾਸਤੇ ਬੁੱਕ ਕੀਤੇ ਸੀ ਲੇਕਿਨ COVID-19 ਦੇ ਕਰਨ ਦੇ ਹੋਏ ਕਰਨ ਗਰੇਵਾਲ ਇਹਨਾਂ ਨੂੰ ਵੀ ਸਾਨੂੰ ਕੈਂਸਲ ਕਰਨਾ ਪਿਆ। ਅਸੀਂ ਸਿੰਪਲ ਜਾਸਰ ਹੁਸੈਨ ਜਿਹੜੇ ਕਿ ਜੰਮੂ ਦੀ ਧਰਤੀ ਤੋਂ ਸਾਡੇ ਵਿਚਕਾਰ ਪਹੁੰਚਦੇ ਹਾਂ ਉਹਨਾਂ ਦੇ ਨਾਲ ਸੋਨਾਲੀ ਡੋਗਰਾ ਉਹ ਵੀ ਜਿਹੜੀ ਹੈਗੀ ਫਿਲਮੀ ਆਰਟਿਸਟ ਹੈਗੀ ਕਾਫੀ ਬੜੇ ਕਲਾਕਾਰ ਹੈਗੇ ਹੈ ਇਹ ਵੀ ਭਗਵਾਨ ਗਣਪਤੀ ਦਾ ਗੁਣਗਾਨ ਜਿਹੜੇ ਹੈਗੇ ਹੈ ਇਹ ਸੈਚਰਡੇ ਸ਼ਾਮ ਨੂੰ ਕਰਨਗੇ। ਅਤੁੱਟ ਲੰਗਰ ਵੀ ਵਰਤੇਗਾ ਅਤੇ ਇਸ ਦੇ ਨਾਲ ਜੋ ਵੀ ਸਾਡੀ ਹੈਗੀ ਜੀ ਉਹ ਵੀ ਰਹੇਗਾ। ਐਵੇਂ ਐਤਵਾਰ ਨੂੰ ਸਵੇਰੇ ਪੂਜਾ ਆਰਤੀ ਹੋਏਗੀ ਠੀਕ 1:15 ਵਜੇ ਮਹਾਆਰਤੀ ਦੇ ਵੱਧੋ ਜਿਹੜੀ ਗਣਪਤੀ ਮਹਾਰਾਜ ਦੀ ਪ੍ਰਤਿਮਾ ਨੂੰ ਵਿਸਰਜਨ ਵਾਸਤੇ ਜਿਹੜਾ ਹੈਗਾ ਜੀ ਅਸੀਂ ਇੱਕ ਗੱਡੀਆਂ ਦੇ ਵਿੱਚ ਲੈ ਕੇ ਜਾਵਾਂਗੇ। ਕੋਈ ਜਿਹੜਾ ਹੈਗਾ ਜੀ ਅਸੀਂ ਪੈਦਲ ਜਿਵੇਂ ਪਿੱਛੇ ਰੱਥਾਂ ਦੇ ਨਾਲ ਬੈਂਡ ਬਾਜਿਆਂ ਲੈ ਕੇ ਜਾਂਦੇ ਸੀ ਉਸ ਤਰ੍ਹਾਂ ਨਹੀਂ ਜਾਵਾਂਗੇ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਇੱਕ ਜਿਹੜੀ ਭਿਅੰਕਰ ਬਿਮਾਰੀ ਹੈਗੀ ਹੈ COVID-19 ਦੀ ਇਹ ਤੋਂ ਵੀ ਜਨਤਾ ਨੂੰ ਜਾਗਰੂਕ ਵੀ ਕਰਨਾ ਹੈ, ਜਨਤਾ ਨੂੰ ਬਚਾਉਣਾ ਵੀ ਹੈ ਅਤੇ ਜਿਹੜੀ ਪ੍ਰਥਾ ਚੱਲੀ ਹੋਈ ਹੈ ਸਨਾਤਨ ਧਰਮ ਦੇ ਨਾਲ ਪ੍ਰਚਾਰ ਚੱਲਿਆ ਹੋਇਆ ਜਿਹੜੀ ਸ਼ਰਧਾ ਲੋਕਾਂ ਦੀ ਜੁੜੀ ਹੋਈ ਹੈ ਇਸ ਆਸਥਾ ਨੂੰ ਵੀ ਦੇਖਦੇ ਹੋਏ ਜਿਹੜਾ ਅਸੀਂ ਪ੍ਰੋਗਰਾਮ ਜਿਹੜਾ ਹੈਗਾ ਇਹ 9 ਫੇਸ ਮੰਦਰ 'ਚ ਕਰਨ ਜਾ ਰਹੇ ਹਾਂ। ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇ ਅੱਜ ਪ੍ਰਕਾਸ਼ TV ਔਰ ਬੈਲ ਆਈਕਨ।